ਪਰ ਬੜੇ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਸਰਕਾਰ ਨੇ, ਪ੍ਰਸ਼ਾਸਨ ਨੇ ਇਸ ਸੜਕ ਵੱਲ ਲੰਮੇ ਸਮੇਂ ਤੋਂ ਧਿਆਨ ਨਹੀਂ ਦਿੱਤਾ। ਬਹੁਤ ਸਰਕਾਰਾਂ ਆਈਆਂ ਅਤੇ ਬਹੁਤ ਗਈਆਂ। ਇਹ ਖਾਲਸਾ ਪੰਥ ਆਪ ਸੜਕ ਬਣਾ ਰਿਹਾ ਔਰ ਇਹ ਖਾਲਸੇ ਦੀ ਸੜਕ ਆ, ਇੱਥੇ ਕੋਈ ਟੋਲ ਪਲਾਜ਼ਾ ਨਹੀਂ ਲੱਗਣਾ, ਕਿਉਂਕਿ ਕੱਲ੍ਹ ਨੂੰ ਡਰਾਮਾ ਜਿਹਾ ਕਰਨ ਲਈ ਜਿਹੜੇ ਨੁਮਾਇੰਦੇ ਵਿੱਚ ਆ ਜਾਂਦੇ ਹੁੰਦੇ ਆ, ਪਰ ਇੱਥੇ ਕਿਸੇ ਦਾ ਕੋਈ ਤਰ੍ਹਾਂ ਦਾ ਯੋਗਦਾਨ ਨਹੀਂ ਆ। ਇਸ ਦੇ ਲਈ ਮੈਂ ਹਰ ਵਿਧਾਇਕ ਨੂੰ ਔਰ ਪੰਜਾਬ ਦੇ 13 ਦੇ 13 MP ਜਿਹੜੇ ਆ ਉਹਨਾਂ ਤੱਕ ਵੀ ਜਿਹੜਾ ਪਹੁੰਚ ਕਰ ਰਿਹਾ। ਔਰ ਇਹ ਸਰਕਾਰ ਕਿੱਦਾਂ ਲੱਗਦੂ ਜੇ ਸਰਕਾਰ ਨੇ ਪੈਸਾ ਹੀ ਕੋਈ ਨਹੀਂ ਲਾਇਆ, ਸਰਕਾਰ ਦਾ ਇੱਥੇ ਕੀ ਦੇਣੇ? ਅਤੇ ਉਹਨਾਂ ਨੂੰ ਮਤਲਬ ਹੁਣ ਸ਼ਰਮ ਆਉਂਦੀ, ਮੂੰਹ ਪਰੇ ਨੂੰ ਕਰਕੇ ਲੰਘ ਜਾਂਦੇ ਜਿਹੜੇ ਪਹਿਲੇ ਵੀ ਅਤੇ ਹੁਣ ਵਾਲੇ ਵੀ। ਜਿਹੜੀ ਆ ਪਹਿਲਾਂ ਤਾਂ ਬਰਸਾਤੀ ਨਾਲਾ ਇੱਕ ਬਣਾਇਆ ਗਿਆ ਕਿਉਂਕਿ ਇੱਥੇ ਜਾਨਵਰ ਬਹੁਤ ਨੇ, ਉਹਨਾਂ ਲਈ ਪਾਣੀ ਜਿਹੜਾ ਉੱਧਰਲੇ ਬਣੇ। ਫਿਰ 18 ਫੁੱਟ ਸਰਵਿਸ ਲਾਈਨ ਆ, 25 ਫੁੱਟ ਰੁੱਖ ਆ, 35 ਫੁੱਟ ਸੜਕ ਆ, 5 ਫੁੱਟ ਡਿਵਾਈਡਰ 'ਤੇ ਫੁੱਲਾਂ ਦੇ ਬੂਟੇ ਲੱਗਣੇ ਆ, 35 ਫੁੱਟ ਸੜਕ, 25 ਫੁੱਟ ਬੂਟੇ ਲੱਗਣਗੇ, ਫਿਰ 18 ਫੁੱਟ ਸਰਵਿਸ ਲਾਈਨ ਆ, ਫਿਰ ਗਾੜੀ ਬਰਸਾਤੀ ਨਾਲਾ ਜਿਹੜਾ ਬਣਾਇਆ ਗਿਆ। ਜੇਕਰ ਗੁਰੂਆਂ ਦੇ ਘਰ ਜਾਣ ਵਾਲੇ ਰਸਤੇ ਅਜਿਹੇ ਹੋਣਗੇ ਤਾਂ ਕੀ ਆਸ ਕਰਦੇ ਆ ਸਰਕਾਰਾਂ ਤੋਂ? ਇਹ ਜਿਹੜੇ ਪੰਜਾਬ ਦੇ ਵਿੱਚ ਦੇਖੋ 11 ਟੋਲ ਪਲਾਜ਼ੇ ਸਰਕਾਰ ਜਿਹੜੇ ਲਾ ਰਹੀ ਆ ਨਾ, ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਕੋਲ ਪੈਸੇ ਬਹੁਤ ਨੇ। ਜਦੋਂ ਕਿਤੇ ਵੋਟਾਂ ਆਉਂਦੀਆਂ ਤਾਂ ਬਹੁਤ ਸਾਰੀ ਰਾਜਨੀਤੀ ਹੁੰਦੀ ਆ। ਤੁਸੀਂ ਦੇਖ ਰਹੇ ਹੋ ਡੇਲੀ ਡੈਸਕ TV, ਮੈਂ ਤੁਹਾਡਾ ਨਾਲ ਸਿਮਰਦੀਪ ਸਿੰਘ। ਇਸ ਵਕਤ ਖਾਲਸੇ ਦੀ ਜਨਮ ਭੂਮੀ 'ਤੇ ਜਾਣ ਵਾਲੇ ਰਸਤੇ 'ਤੇ ਮੌਜੂਦ ਹਾਂ। ਸ਼੍ਰੀ ਅਨੰਦਪੁਰ ਸਾਹਿਬ ਨੂੰ ਇਹ ਸੜਕ ਜਾਂਦੀ ਹੈਗੀ ਹੈ, ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾ ਦਿੰਦੇ ਹਾਂ। ਫਿਲਹਾਲ ਇਹ ਸੜਕ ਦੇ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋ। ਪਿਛਲੇ ਲੰਬੇ ਸਮੇਂ ਤੋਂ ਇਸ ਸੜਕ ਨੂੰ ਬਣਾਉਣ ਲਈ ਜਿਹੜੇ ਯਤਨ ਨੇ ਉਹ ਕੀਤੇ ਜਾ ਰਹੇ ਨੇ, ਪਰ ਹੁਣ ਜਦੋਂ ਪ੍ਰੋਜੈਕਟ ਪਾਸ ਹੋਇਆ ਤਾਂ ਉਸ ਦੇ ਉੱਪਰ ਜੋ ਲਾਗਤ ਲੱਗ ਰਹੀ ਹੈ ਕਰੋੜਾਂ ਦੀ, ਉਹ ਸਿਰਫ ਅਤੇ ਸਿਰਫ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੜਕ ਤਿਆਰ ਹੋ ਰਹੀ ਆ। ਇਹ ਪ੍ਰੋਜੈਕਟ ਇੱਕ ਵਾਰ ਜ਼ਰੂਰ ਦਿਖਾਵਾਂਗੇ। ਇਹ ਇੱਕ ਨਕਸ਼ਾ ਜੋ ਪਾਸ ਹੋਇਆ, ਕਰੀਬ ਜੇਕਰ ਗੱਲ ਕਰ ਲਾਂ ਤਾਂ ਦੋਵਾਂ ਪਾਸੇ 35 ਫੁੱਟ ਦੀ ਸੜਕ ਤਿਆਰ ਹੋਣੀ ਹੈ, ਵਿੱਚ 5 ਫੁੱਟ ਦਾ ਜਿਹੜਾ ਫੁੱਟਪਾਥ ਬਣੇਗਾ ਜਿਹਦੇ 'ਤੇ ਬੂਟੇ ਜਿਹੜੇ ਨੇ ਉਹ ਲਗਾਏ ਜਾਣਗੇ। ਦੂਜੇ ਪਾਸੇ ਖੱਬੇ ਸੱਜੇ ਦੋਵਾਂ ਪਾਸੇ 25 ਫੁੱਟ ਦਾ ਜਿਹੜਾ ਇੱਕ ਲੇਨ ਬਣਨਾ ਹੈ, ਉਹਦੇ 'ਤੇ ਵੀ ਬੂਟੇ ਲਗਾਏ ਜਾਣਗੇ। ਫਿਰ ਸਰਵਿਸ ਰੋਡ ਜਿਹੜੀ ਉਹ 18 ਫੁੱਟ ਦੀ ਤਿਆਰ ਹੋਣੀ ਆ, ਅਤੇ ਇਸ ਦਾ ਜਿਹੜਾ ਜਿੰਮਾ ਆ ਉਹ ਸਾਰਾ ਕਿਲ੍ਹਾ ਆਨੰਦਗੜ੍ਹ ਵਾਲੇ ਬਾਬਾ ਜੀ ਸਤਨਾਮ ਸਿੰਘ ਹੋਣਾ ਨੇ ਲਿਆ ਆ। ਅਤੇ ਲੰਬੇ ਸਮੇਂ ਤੋਂ ਸੋਨੂੰ ਜੰਡਿਆਲਾ ਸਰਬਜੀਤ ਸਿੰਘ ਸਮਾਜ ਸੇਵਕ ਇਸ ਦੇ ਉੱਪਰ ਗੱਲਬਾਤ ਜਿਹੜੀ ਆ ਉਹ ਬਾਬਾ ਜੀ ਨਾਲ ਕਰਦੇ ਰਹੇ ਨੇ ਕਿ ਇਹ ਜਿਹੜਾ ਪ੍ਰੋਜੈਕਟ ਆ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ, ਸਰਕਾਰ ਨੂੰ ਵੀ ਅਪੀਲਾਂ ਕੀਤੀਆਂ ਗਈਆਂ ਨੇ। ਨਾਲ ਦੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਕਈ ਮੰਤਰੀਆਂ ਨਾਲ ਮਿਲ ਕੇ ਜਾਂ ਕਈ ਐਸੇ MP ਨੇ ਜਿਨ੍ਹਾਂ ਨੂੰ ਇਸ ਦੇ ਖਿਲਾਫ਼ ਜਿਹੜੀ ਆ ਪਹੁੰਚ ਵੀ ਕੀਤੀ ਗਈ ਹੈ ਕਿ ਸਰਕਾਰਾਂ ਨਹੀਂ ਸੁਣਦੀਆਂ ਪਈਆਂ, ਬਾਬਾ ਜੀ ਸਾਰਾ ਇਹ ਪ੍ਰੋਜੈਕਟ ਆਪ ਸਾਂਭਦੇ ਪਏ ਨੇ, ਉਸ ਨੂੰ ਲੈ ਕੇ ਇਹਨਾਂ ਨੇ ਮੰਗ ਪੱਤਰ ਵੀ ਸੌਂਪੇ ਨੇ। ਗੱਲਬਾਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਲੰਬੇ ਸਮੇਂ ਤੋਂ ਆਵਾਜ਼ ਚੁੱਕ ਰਹੇ ਹੋ, ਮੈਂ ਚਾਹੇ ਸਪੀਕਰ ਸਾਹਿਬ ਦੀ ਗੱਲ ਕਰਾਂ, ਵਿਧਾਨ ਸਭਾ ਦੇ ਜਾਂ ਕੋਈ MP ਹੈ ਜਾਂ ਵਿਧਾਇਕ ਆ, ਹਰ ਇੱਕ ਨੂੰ ਤੁਸੀਂ ਮੰਗ ਪੱਤਰ ਦੇ ਰਹੇ ਹੋ ਖਾਲਸੇ ਦੀ ਜਨਮ ਭੂਮੀ ਨੂੰ। ਜੋ ਜਾਣ ਵਾਲੀ ਅੱਜ ਸੜਕ ਆ ਉਸਦੇ ਹਾਲਾਤ ਜੋ ਕਾਫੀ ਬਦਤੋਂ ਬਦਤਰ ਨੇ, ਉਸ ਨੂੰ ਲੈ ਕੇ ਜੋ ਪ੍ਰੋਜੈਕਟ ਹੁਣ ਪਾਸ ਕੀਤਾ ਜਾ ਰਿਹਾ, ਸਰਕਾਰ ਦਾ ਕੋਈ ਸਹਿਯੋਗ ਨਹੀਂ ਦਿਖ ਰਿਹਾ ਉਹਦੇ ਵਿੱਚ? ਸਰਕਾਰ ਦਾ ਸਹਿਯੋਗ ਦੇਖੋ ਬਹੁਤ ਜ਼ਰੂਰੀ ਸੀ, ਪਰ ਗੱਲ ਇਹ ਆ ਵੀ 10ਵੇਂ ਪਾਤਸ਼ਾਹ ਦੇ ਘਰ ਨੂੰ ਜਾਣ ਵਾਲਾ ਇਹ 2 ਤਖਤਾਂ ਨੂੰ ਰਸਤਾ ਜੋੜਦਾ, ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਰਸਤਾ, ਔਰ ਇਹ ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਜਿੱਥੇ ਸੜਕ ਜੋੜਦੀ ਹੈ, ਕੀਰਤਪੁਰ ਸਾਹਿਬ, ਬਾਬਾ ਗੁਰਦਿੱਤਾ ਜੀ, ਬਾਬਾ ਬੁੱਢਨ ਸ਼ਾਹ, ਔਰ ਮਨੀਕਰਨ ਸਾਹਿਬ, ਮਾਂ ਨੈਣਾ ਦੇਵੀ, ਬਾਬਾ ਵਡਭਾਗ ਸਿੰਘ, ਪੀਰ ਨਗਾਹਾ, ਬਾਬਾ ਬਾਲਕ ਨਾਥ, ਔਰ ਹਿਮਾਚਲ ਚੰਡੀਗੜ੍ਹ ਨੂੰ ਵੀ ਇਹ ਜਿਹੜੀ ਸੜਕ ਆ ਜੋੜਦੀ ਆ। ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਲੱਖਾਂ ਸ਼ਰਧਾਲੂ ਜਿਹੜੇ ਇੱਧਰ ਰੋਜ਼ ਹੀ ਆਉਂਦੇ ਆ,
ਪਰ ਬੜੇ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਸਰਕਾਰ ਨੇ, ਪ੍ਰਸ਼ਾਸਨ ਨੇ ਇਸ ਸੜਕ ਵੱਲ ਲੰਮੇ ਸਮੇਂ ਤੋਂ ਧਿਆਨ ਨਹੀਂ ਦਿੱਤਾ। ਬਹੁਤ ਸਰਕਾਰਾਂ ਆਈਆਂ ਅਤੇ ਬਹੁਤ ਗਈਆਂ, ਪਰ ਇੱਕ ਸਮੇਂ ਜਦੋਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ, ਉਸ ਵੇਲੇ ਇੱਥੇ ਜਿਹੜਾ ਵਾ ਨੀਂਹ ਪੱਥਰ ਰੱਖਿਆ ਗਿਆ ਸੀ, ਨੀਂਹ ਪੱਥਰ ਰੱਖਿਆ ਗਿਆ ਸੀ ਮਾਣਯੋਗ ਨਿਤਿਨ ਗਡਕਰੀ ਜੀ ਵੱਲੋਂ, ਪਰ ਇਹ ਸੜਕ ਦਾ ਉਹਨਾਂ ਨੇ ਵੀ ਕੁਛ ਨਹੀਂ ਕਰਵਾਇਆ। ਪਰ ਹੁਣ ਇਹ ਸੜਕ ਦੇ ਜਿਹੜੇ ਬਹੁਤ ਸਾਰੇ ਇੱਥੇ ਐਕਸੀਡੈਂਟ ਹੁੰਦੇ ਸੀ, ਕਈ ਲੋਕਾਂ ਦੀ ਜਾਨ ਵੀ ਚਲੀ ਗਈ, ਔਰ ਇਹ ਜਦੋਂ ਸਾਰਾ ਕੁਛ ਦੇਖਿਆ ਇੱਥੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਅਤੇ ਕਿਲ੍ਹਾ ਆਨੰਦਗੜ੍ਹ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ, ਬਾਬਾ ਸੁੱਚਾ ਸਿੰਘ ਜੀ, ਉਹਨਾਂ ਨੇ ਜਿਹੜਾ ਇਹ ਸੜਕ ਬਣਾਉਣ ਦਾ ਕੰਮ, ਜਿਹੜਾ ਇਹ ਗੁਰੂ ਘਰ ਦੀ ਸੇਵਾ, ਉਹਨਾਂ ਦੇ ਹਿੱਸੇ ਆਈ ਆ। ਔਰ ਤੁਹਾਨੂੰ ਨਾਲ ਨਾਲ ਦਿਖਾ ਦਿੰਦੇ ਹੁਣ ਕਿ ਇਹ ਸੜਕ ਜਿਹੜੀ ਆ ਬਹੁਤ ਸੋਹਣੀ ਬਣ ਰਹੀ, ਬੜੇ ਵਧੀਆ ਤਰੀਕੇ ਨਾਲ ਬਣ ਰਹੀ ਆ, ਔਰ ਬੜੇ ਪ੍ਰਾਊਡ ਨਾਲ ਅੱਜ ਕਹਿ ਰਹੇ ਹਾਂ ਅਸੀਂ ਕਿ ਇਹ ਸੜਕ ਕੋਈ ਸਰਕਾਰ ਨਹੀਂ, ਇਹ ਸੜਕ ਕੋਈ ਸਰਕਾਰ ਨਹੀਂ ਬਣਾਉਣ ਡੀ, ਨਾ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਬਣਾਉਣ ਡੇ ਆ, ਇਹ ਖਾਲਸਾ ਪੰਥ ਆਪ ਸੜਕ ਬਣਾ ਰਿਹਾ, ਔਰ ਇਹ ਖਾਲਸੇ ਦੀ ਸੜਕ ਆ, ਇੱਥੇ ਕੋਈ ਟੋਲ ਪਲਾਜ਼ਾ ਨਹੀਂ ਲੱਗਣਾ। ਕਿਉਂਕਿ ਕੱਲ੍ਹ ਨੂੰ ਡਰਾਮਾ ਜਿਹਾ ਕਰਨ ਲਈ ਜਿਹੜੇ ਨੁਮਾਇੰਦੇ ਵਿੱਚ ਆ ਜਾਂਦੇ ਹੁੰਦੇ ਆ, ਪਰ ਇੱਥੇ ਕਿਸੇ ਦਾ ਕੋਈ ਤਰ੍ਹਾਂ ਦਾ ਯੋਗਦਾਨ ਨਹੀਂ ਆ। ਇਸ ਦੇ ਲਈ ਮੈਂ ਹਰ ਵਿਧਾਇਕ ਨੂੰ ਔਰ ਪੰਜਾਬ ਦੇ 13 ਦੇ 13 MP ਜਿਹੜੇ ਉਹਨਾਂ ਤੱਕ ਵੀ ਜਿਹੜਾ ਪਹੁੰਚ ਕਰ ਰਿਹਾ, ਔਰ ਕਈਆਂ ਨੂੰ ਮਿਲਿਆ, ਕਈਆਂ ਨੂੰ ਮਿਲਣਾ। ਔਰ ਸਭ ਤੋਂ ਵੱਡਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹ ਆਪਣੇ ਖਾਲਸੇ ਦੀ ਰੋਡ ਬਣੇਗੀ, ਇਸ 'ਤੇ ਕੋਈ ਟੋਲ ਪਲਾਜ਼ਾ ਨਹੀਂ ਹੋਏਗਾ, ਉਸ ਨੂੰ ਲੈ ਕੇ ਵੱਡੀ ਰਾਹਤ ਜ਼ਰੂਰ ਹੋਏਗੀ। ਪਰ ਜੇਕਰ ਕੱਲ੍ਹ ਨੂੰ ਸਰਕਾਰ ਆ ਕੇ ਇਸ ਦੇ ਉੱਪਰ ਕੋਈ ਆਪਣਾ ਕੰਮ ਕਰਵਾਉਂਦੀ ਹੈ ਜਾਂ ਇਸ ਦੇ ਉੱਪਰ ਕੋਈ ਟੋਲ ਪਲਾਜ਼ਾ ਬਣਾਉਣ ਲਈ ਯਤਨ ਕਰਦੀ ਹੈ, ਫਿਰ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ? ਇਹ ਸਰਕਾਰ ਕਿੱਦਾਂ ਲੱਗਦੂ ਜੋ ਸਰਕਾਰ ਨੇ ਪੈਸਾ ਹੀ ਕੋਈ ਨਹੀਂ ਲਾਇਆ, ਸਰਕਾਰ ਦਾ ਇੱਥੇ ਕੀ ਦੇਣ? ਸਰਕਾਰ 1 ਰੁਪਈਆ ਨਾ ਲਊਗੀ ਤਾਂ ਸਰਕਾਰ ਦੀ ਕੋਈ ਦੇਣ ਥੋੜ੍ਹੀ ਹੈਗੀ। ਸਰਕਾਰ ਨੇ ਤਾਂ ਕਦੀ ਧਿਆਨ ਹੀ ਨਹੀਂ ਦਿੱਤਾ ਕਰੋੜਾਂ ਦਾ, ਇੱਥੇ ਇਹਨਾਂ ਨੇ ਕਮਾਈ ਕਰਨੀ ਸੀ ਟੋਲ ਪਲਾਜ਼ੇ ਲਾ ਕੇ, ਪਰ ਹੁਣ ਸਰਕਾਰ ਦੀ ਇੱਥੇ ਦੇਣ ਹੀ ਕੋਈ ਨਹੀਂ ਹੈ। ਜਦੋਂ ਸਰਕਾਰ ਨੇ ਬਣਾਇਆ ਕੁਛ ਨਹੀਂ, ਫਿਰ ਸਰਕਾਰ ਕਿਸ ਹਿਸਾਬ ਨਾਲ ਟੋਲ ਪਲਾਜ਼ਾ ਲਾ ਦੂਗੀ? ਲੋਕ ਬੜੇ ਸਿਆਣੇ ਆ, ਸਮਝਦਾਰ ਨੇ, ਅੱਜ ਸਾਰਿਆਂ ਨੂੰ ਪਤਾ ਵਾ, ਤੁਹਾਡੇ ਜ਼ਰੀਏ ਹਰ ਬੰਦਾ ਦੇਖ ਰਿਹਾ ਵਾ, ਔਰ ਸਭ ਨੂੰ ਪਤਾ ਵਾ ਵੀ ਇਹ ਸੇਵਾ ਜਿਹੜੀ ਆ ਕਿਲ੍ਹਾ ਆਨੰਦਗੜ੍ਹ ਵਾਲੇ ਮਹਾਂਪੁਰਸ਼ ਕਰ ਰਹੇ ਆ, ਅਤੇ ਫਿਰ ਕਿਸ ਹਿਸਾਬ ਨਾਲ ਸਰਕਾਰ ਦਾ ਇੱਥੇ ਹੱਕ ਹੋਇਆ? ਸਰਕਾਰ ਦਾ ਤਾਂ 1 ਰੁਪਈਏ ਦਾ ਵੀ ਇੱਥੇ ਹੱਕ ਨਹੀਂ ਆ, ਉਹ ਤਾਂ ਇੱਥੋਂ ਲੰਘਦੇ ਆ, ਅਤੇ ਉਹਨਾਂ ਨੂੰ ਮਤਲਬ ਹੁਣ ਸ਼ਰਮ ਆਉਂਦੀ ਮੂੰਹ ਪਰੇ ਨੂੰ ਕਰਕੇ ਲੰਘ ਜਾਂਦੇ ਜਿਹੜੇ ਪਹਿਲੇ ਵੀ ਅਤੇ ਹੁਣ ਵਾਲੇ ਵੀ। ਇੱਥੇ ਤਾਂ ਬਹੁਤ ਮਾੜੀ ਗੱਲ ਹੈ, ਇੱਧਰ ਧਿਆਨ ਬੜੇ ਲੰਮੇ ਸਮੇਂ ਤੋਂ ਇਹਨਾਂ ਨੂੰ ਦੇ ਦੇਣਾ ਚਾਹੀਦਾ ਸੀ, ਪਰ ਇਹ ਮੋਰਚਾ ਜਿਹੜਾ ਖਾਲਸਾ ਪੰਥ ਨੇ ਸੰਭਾਲਿਆ ਵਾ। ਔਰ ਤੁਹਾਨੂੰ ਮੈਂ ਸੜਕ ਜਿਹੜੀ ਕਿੱਦਾਂ ਬਣਨੀ ਆ, ਇਹਦਾ ਜਿਹੜਾ ਇੱਕ ਡੈਮੋ ਇੱਥੇ ਤੁਸੀਂ ਦੇਖ ਲਈ ਪਹਿਲਾਂ, ਔਰ ਨਾਲ ਦਿਖਾ ਦਿੰਦਾ ਸਰਵਿਸ ਲਾਈਨ ਜਿਹੜੀ ਆ। ਪਹਿਲਾਂ ਤਾਂ ਬਰਸਾਤੀ ਨਾਲਾ ਇੱਕ ਬਣਾਇਆ ਗਿਆ ਕਿਉਂਕਿ ਇੱਥੇ ਜਾਨਵਰ ਬਹੁਤ ਨੇ, ਉਹਨਾਂ ਲਈ ਪਾਣੀ ਜਿਹੜਾ ਉੱਧਰਲੇ ਬਣੇ। ਫਿਰ 18 ਫੁੱਟ ਸਰਵਿਸ ਲਾਈਨ ਆ, 25 ਫੁੱਟ ਰੁੱਖ ਆ, 35 ਫੁੱਟ ਸੜਕ ਆ, 5 ਫੁੱਟ ਡਿਵਾਈਡਰ 'ਤੇ ਫੁੱਲਾਂ ਦੇ ਬੂਟੇ ਲੱਗਣੇ ਆ, 35 ਫੁੱਟ ਸੜਕ, 25 ਫੁੱਟ ਬੂਟੇ ਲੱਗਣਗੇ, ਫਿਰ 18 ਫੁੱਟ ਸਰਵਿਸ ਲਾਈਨ ਆ, ਫਿਰ ਗਾੜੀ ਬਰਸਾਤੀ ਨਾਲਾ ਜਿਹੜਾ ਬਣਾਇਆ ਗਿਆ। ਇਹ ਸੜਕ ਜਿਹੜੀ ਬਹੁਤ ਚੰਗੇ ਢੰਗ ਦੇ ਨਾਲ ਜਿਹੜਾ ਇਹਦਾ ਕੰਮ ਚੱਲ ਰਿਹਾ, ਔਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿਸ ਹਿਸਾਬ ਦੇ ਨਾਲ ਇਹ ਸੜਕ ਦਾ ਕੰਮ ਚੱਲ ਰਿਹਾ ਵਾ। ਇੱਥੇ ਹੁਣ ਬਹੁਤ ਸਾਰੇ, ਔਰ ਇੱਕ ਗੱਲ ਗੁਰੂ ਸਾਹਿਬ ਨੇ ਸੇਵਾ ਲਈ ਅਤੇ ਆਪਣੇ ਪਿਆਰਿਆਂ ਤੋਂ ਲਈ, ਚੰਗਾ ਹੋਇਆ ਸਰਕਾਰ ਤੋਂ ਇਹ ਸੇਵਾ ਨਹੀਂ ਲਈ, ਕਿਉਂਕਿ ਸਰਕਾਰ ਦੀ ਕਾਰਗੁਜ਼ਾਰੀ ਤਾਂ ਸਾਰਿਆਂ ਨੂੰ ਪਤਾ ਹੀ ਆ, ਜੇ ਕਿਤੇ ਸਰਕਾਰ ਬਣਾ ਦਿੰਦੀ ਤਾਂ ਟੋਲ ਪਲਾਜ਼ੇ ਲੱਗ ਜਾਣੇ ਸੀ। ਪਰ ਜਿੱਥੇ 117 ਵਿਧਾਇਕ ਅਤੇ 13 MP ਪੰਜਾਬ ਦੇ ਜਿਹੜੇ ਆ ਉਹ ਅਗਵਾਈ ਕਰਦੇ ਨੇ, ਬੜੇ ਦੁੱਖ ਦੀ ਗੱਲ ਹੈ ਕਿ ਕਦੀ ਉਹਨਾਂ ਨੂੰ ਇਹ ਸੜਕ ਵੱਲ ਧਿਆਨ ਹੀ ਨਹੀਂ ਉਹਨਾਂ ਦਾ ਪਿਆ, ਅਤੇ ਇਹ ਮਸਲੇ ਨੂੰ ਉਹਨਾਂ ਨੇ ਅਹਿਮੀਅਤ ਹੀ ਨਹੀਂ ਦਿੱਤੀ। ਬਿਲਕੁਲ, ਮੈਂ ਇਹੀ ਜ਼ਿਕਰ ਕਰਨ ਲੱਗਾ ਸੀਗਾ, ਤੁਸੀਂ ਕਈ ਮੰਤਰੀਆਂ ਨੂੰ ਮਿਲੇ ਹੋ, ਸਪੀਕਰ ਸਾਹਿਬ ਤੱਕ ਵੀ ਪਹੁੰਚ ਕੀਤੀ ਸੀਗੀ, ਉਹਨਾਂ ਨੂੰ ਵੀ ਪੱਤਰ ਦੇਣ ਦੀ ਜਿਹੜੀ ਕੋਸ਼ਿਸ਼ ਤੁਸੀਂ ਕੀਤੀ, ਜਿਸ ਦੇ ਵਿੱਚ ਕਈ ਅਹਿਮ ਮੁੱਦੇ ਨੇ, ਚਾਹੇ ਮੈਂ ਵਿਰਾਸਤਾਂ ਨੂੰ ਲੈ ਕੇ ਗੱਲ ਕਰਾਂ, ਜਨਮ ਭੂਮੀ ਨੂੰ ਜਾਣ ਵਾਲੀ ਸੜਕ ਦਾ ਜ਼ਿਕਰ ਕਰਾਂ, ਉਸ ਤੋਂ ਬਾਅਦ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਮਿਲੇ ਹੋ, ਵਿਧਾਇਕ ਪ੍ਰਗਟ ਸਿੰਘ ਨੇ ਉਹਨਾਂ ਨੂੰ ਇਸ ਲਈ ਮਿਲੇ ਹੋ। ਸੋ ਕੀ ਲੱਗਦਾ ਹੈ ਕਿ ਵਿਧਾਇਕ ਜੇਕਰ ਇਸ ਦੀ ਗੱਲ ਨਹੀਂ ਕਰ ਪਾ ਰਹੇ ਜਾਂ MP ਇਸ ਨੂੰ ਲੈ ਕੇ ਨਹੀਂ ਗੱਲ ਕਰ ਪਾ ਰਹੇ, ਫਿਰ ਪੰਜਾਬ ਦੇ ਵਿੱਚ ਕਿਵੇਂ ਚੱਲੇਗਾ, ਖਾਸ ਕਰਕੇ ਗੁਰੂਆਂ ਦੀ ਧਰਤੀ ਆ,
ਜੇਕਰ ਗੁਰੂਆਂ ਦੇ ਘਰ ਜਾਣ ਵਾਲੇ ਰਸਤੇ ਅਜਿਹੇ ਹੋਣਗੇ ਫਿਰ ਕੀ ਆਸ ਕਰਦੇ ਹਾਂ ਸਰਕਾਰਾਂ ਤੋਂ? ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਦੀਆਂ ਸਾਰੀਆਂ ਕਾਰਗੁਜ਼ਾਰੀਆਂ ਜਿੰਨੀਆਂ ਸੜਕਾਂ ਬਣਾਈਆਂ ਵਾ ਮੇਰੇ ਹਿਸਾਬ ਨਾਲ ਉਹ ਸਾਰੀਆਂ ਉੱਥੇ ਫੇਲ ਹੋ ਜਾਂਦੀਆਂ ਟੋਟਲੀ। ਜਿਹੜਾ ਰਸਤਾ ਨਿਕਲਣਾ ਦਿੱਲੀ ਕਟਰਾ ਹਾਈਵੇ ਦਾ ਨਿਕਲਣਾ, ਰਸਤੇ ਦੇ ਵਿੱਚ ਦਿੱਲੀ ਵੀ ਆਉਣਾ, ਹਰਿਆਣਾ ਵੀ ਆਉਣਾ, ਉੱਧਰੋਂ ਕਟਰੇ ਦੇ ਰਸਤੇ 'ਚ ਜੇਕਰ ਗੱਲ ਕਰਾਂ ਤਾਂ ਜੰਮੂ ਕਸ਼ਮੀਰ ਵੀ ਆਏਗਾ, ਪਰ 11 ਟੋਲ ਪਲਾਜ਼ੇ ਸਿਰਫ ਪੰਜਾਬ ਨੂੰ ਕਿਉਂ ਦਿੱਤੇ ਜਾ ਰਹੇ? ਇਹ ਜਿਹੜੇ ਪੰਜਾਬ ਦੇ ਵਿੱਚ ਦੇਖੋ 11 ਟੋਲ ਪਲਾਜ਼ੇ ਸਰਕਾਰ ਜਿਹੜੇ ਲਾ ਰਹੀ ਹੈ ਨਾ, ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਕੋਲ ਪੈਸੇ ਬਹੁਤ ਨੇ, ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਸੜਕਾਂ ਬਣ ਰਹੀਆਂ ਨੇ, ਕੋਈ ਵੀ ਐਕਸਪ੍ਰੈਸ ਹਾਈਵੇ ਆ ਰਹੇ ਨੇ, ਟੋਟਲੀ ਉਹ ਫੇਲ ਨੇ, ਜਿੱਥੇ ਕਿ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਰਸਤਾ ਹੀ ਨਹੀਂ ਬਣਿਆ। ਇਹ 10ਵੇਂ ਪਾਤਸ਼ਾਹ ਵੱਲੋਂ ਬਖਸ਼ੀ ਦਸਤਾਰ ਆ, ਔਰ ਇਹ ਜਦੋਂ ਕਿਤੇ ਵੋਟਾਂ ਆਉਂਦੀਆਂ ਤਾਂ ਬਹੁਤ ਸਾਰੀ ਰਾਜਨੀਤੀ ਹੁੰਦੀ ਆ ਅਤੇ ਸਿਰ 'ਤੇ ਬੰਨ ਲੈਂਦੇ ਹਾਂ, ਪਰ ਇਹਦਾ ਮਤਲਬ ਵੀ ਸਮਝਣਾ ਚਾਹੀਦਾ ਵੀ ਕਿਸ ਨੇ ਦਿੱਤੀ ਕੁਰਬਾਨੀਆਂ ਨਾ ਕਿੰਨੀਆਂ ਹੋਈਆਂ। ਔਰ ਜਦੋਂ ਇੱਥੇ ਸੰਗਤਾਂ ਆਉਂਦੀਆਂ ਔਰ ਬਹੁਤ ਦੁੱਖ ਲੱਗਦਾ ਉਹਨਾਂ ਨੂੰ ਵੀ ਗੁਰੂ ਘਰ ਨੂੰ ਜਾਣ ਵਾਲਾ ਰਸਤਾ ਕਿਸੇ ਨੇ ਨਹੀਂ ਬਣਾਇਆ, ਪਰ ਬੜੀ ਖੁਸ਼ੀ ਦੀ ਗੱਲ ਆ ਵੀ ਇਹ ਸੜਕ ਜਿਹੜੀ ਖਾਲਸਾ ਪੰਥ ਆਪ ਬਣਾ ਰਿਹਾ। ਧੰਨਵਾਦ ਜੀ। ਸੋ ਬਿਲਕੁਲ ਇੱਕ ਵਾਰ ਮੁੜ ਤੋਂ ਨਕਸ਼ਾ ਜਿਹੜਾ ਉਹ ਦਿਖਾਵਾਂਗੇ ਜਿਸ ਤਰੀਕੇ ਨਾਲ ਇਹ 35 ਫੁੱਟ ਚੌੜੀ ਸੜਕ ਤਿਆਰ ਹੋਣੀ ਆ, ਨਾਲ ਦੇ ਨਾਲ ਖਾਸ ਕਰਕੇ ਹਰਿਆਲੀ ਦਾ ਵੀ ਧਿਆਨ ਰੱਖਿਆ ਜਾਣਾ, ਬੂਟੇ ਲਗਾਏ ਜਾਣੇ ਆ। ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਤਾਂ ਬਰਸਾਤੀ ਨਾਲੇ ਦਾ ਜ਼ਿਕਰ ਕਰਾਂ ਤਾਂ ਉਹ ਵੀ ਇਸ ਜਗ੍ਹਾ 'ਤੇ ਰੱਖਿਆ ਜਾਣਾ ਹੈ ਤਾਂ ਜੋ ਬਰਸਾਤੀ ਪਾਣੀ ਜੋ ਆ ਉਹ ਸੜਕਾਂ 'ਤੇ ਨਾ ਖੜਿਆ ਰਹੇ। ਸੋ ਇਸ ਨੂੰ ਲੈ ਕੇ ਹੁਣ ਜੇਕਰ ਗੱਲ ਕਰਾਂ ਤਾਂ ਸਾਰੀ ਜ਼ਿੰਮੇਵਾਰੀ ਕਿਲ੍ਹਾ ਆਨੰਦਗੜ੍ਹ ਦੇ ਜੋ ਮਹਾਂਪੁਰਸ਼ ਨੇ ਬਾਬਾ ਸਤਨਾਮ ਸਿੰਘ ਹੁਣਾਂ ਵੱਲੋਂ ਇਹ ਸਾਰੀ ਜ਼ਿੰਮੇਵਾਰੀ ਲਿੱਤੀ ਜਾ ਰਹੀ ਹੈ। ਇੱਥੇ ਸਰਕਾਰ ਕੋਈ ਵੀ ਆਪਣਾ ਰੋਲ ਅਦਾ ਨਹੀਂ ਕਰ ਰਹੀ। ਉੱਥੇ ਜੇਕਰ ਮੈਂ ਗੱਲ ਕਰਾਂ ਨਿਤਿਨ ਗਡਕਰੀ ਜੋ ਮੰਤਰੀ ਹੈਗੇ ਨੇ ਉਹਨਾਂ ਦਾ ਜ਼ਿੰਮਾ ਬਣਦਾ ਸੀ ਇਹ ਸੜਕ ਨੂੰ ਬਣਾਉਣਾ, ਪਰ ਇਸ ਜਗ੍ਹਾ 'ਤੇ ਉਹਨਾਂ ਵੱਲੋਂ ਵੀ ਖਾਸ ਧਿਆਨ ਨਹੀਂ ਦਿੱਤਾ ਗਿਆ। ਪਰ ਹੁਣ ਜੇਕਰ ਗੱਲ ਕਰ ਲਈਏ ਤਾਂ ਵੱਡਾ ਸਵਾਲ ਇਹ ਆ, ਇਹ ਖਾਲਸੇ ਦੇ ਪੈਸਿਆਂ ਨਾਲ ਸੜਕ ਤਿਆਰ ਹੋਣੀ ਆ? ਜਿਹੜੇ ਵੀ ਲੋਕ ਇਸ ਜਗ੍ਹਾ ਤੋਂ ਆਉਣਗੇ, ਜਿਹੇ ਮਰਜ਼ੀ ਸਟੇਟ ਤੋਂ ਆਉਣਗੇ, ਕੋਈ ਵੀ ਟੋਲ ਦਾ ਜਿਹੜਾ ਪੈਸਾ ਆ ਉਹਨਾਂ ਕੋਲ ਨਹੀਂ ਲਿੱਤਾ ਜਾਏਗਾ। ਸਾਫ਼ ਤੋਂ ਸਾਫ਼ ਇਹ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਜਿਹੜੀ ਸੜਕ ਜਾਣੀ ਆ ਉਸ ਨੂੰ ਲੈ ਕੇ ਇਹ ਤਿਆਰ ਹੁੰਦੀ ਆ। ਦੂਜੇ ਪਾਸੇ ਜੇਕਰ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਕਰ ਲਈਏ ਤਾਂ ਇਹ ਦੋ ਤਖਤਾਂ ਨੂੰ ਸੜਕ ਜੋੜਦੀ ਹੈਗੀ ਆ, ਜਿਸ ਦੇ ਉੱਪਰ ਸੜਕ ਦਾ ਕਹਿ ਲਈਏ ਕਿ ਕੰਮ ਹੈਗਾ ਆ ਉਹ ਪੂਰਨ ਤੌਰ 'ਤੇ ਸ਼ੁਰੂ ਹੋ ਚੁੱਕਿਆ ਹੋਇਆ। ਸੋ ਕੁਝ ਸਮਾਂ ਜ਼ਰੂਰ ਲੱਗੇਗਾ, ਲੋਕਾਂ ਨੂੰ ਇੱਕ ਵੱਡੀ ਜਿਹੜੀ ਦੇਣ ਆ ਉਹ ਜ਼ਰੂਰ ਪੰਜਾਬ ਦੇ ਵਿੱਚ ਮਿਲਣ ਜਾ ਰਹੀ ਹੈਗੀ ਆ। ਮੈਨੂੰ ਦਿਓ ਇਜਾਜ਼ਤ ਡੇਲੀ ਡੈਸਕ ਟੀ ਵੀ ਦੇ ਲਈ, ਸਿਮਰਦੀਪ ਸਿੰਘ ਰੋਪੜ।